ਇੱਕ ਚੇਤਨ ਮਨ ਹੈ ਜਿਹੜਾ ਹੁਣ ਸੋਚਦਾ ਹੈ, ਇੱਕ ਅਚੇਤਨ ਮਨ ਜਿਹਦੇ ਵਿੱਚ ਸੋਚਾਂ ਇਕੱਠੀਆਂ ਹੋ ਜਾਂਦੀਆਂ, ਉਹਦਾ ਸਾਨੂੰ ਪਤਾ ਨਹੀਂ ਲੱਗਦਾ। ਸਾਡੇ ਮਨ ਦੇ ਦੋ ਹਿੱਸੇ ਨੇ, ਇੱਕ ਨੂੰ ਕਹਿੰਦੇ ਨੇ ਚੇਤਨ, ਜੋ ਹੁਣ ਸੋਚ ਰਿਹਾ ਸਾਨੂੰ ਪਤਾ ਲੱਗਦਾ ਸੀ ਕੀ ਸੋਚ ਰਿਹਾ, ਇੱਕ ਹੈ ਅਚੇਤਨ ਜਿਹਦੇ ਵਿੱਚ ਜੋ ਕੁਝ ਰਹਿੰਦਾ ਉਹਦਾ ਸਾਨੂੰ ਕੋਈ ਪਤਾ ਨਹੀਂ, ਉਹਨੂੰ ਬੜੀ ਮੁਸ਼ਕਲ। ਤੇ ਜਦੋਂ ਅਸੀਂ ਨਾਮ ਨਾਲ ਜੁੜਦੇ ਹਾਂ ਉਦੋਂ ਅਚੇਤਨ ਮਨ ਚੱਲ ਪੈਂਦਾ ਹੈ, ਉਹ ਤਾਂ ਸਲਫ ਹੈ ਨਾਮ, ਅੰਤਰਮੁਖੀ ਹੋਇਆ ਨਹੀਂ ਆਦਮੀ, ਅਚੇਤ ਮਨ ਚੱਲਿਆ ਨਹੀਂ, ਦੋ ਮਨ। ਆ ਜਿਹੜਾ ਅਸੀਂ ਪਹਿਲਾਂ ਕਹਿੰਦੇ ਹਾਂ ਨਾ ਵੀ ਸਾਡਾ ਮਨ ਟਿਕਿਆ ਹੈ ਬਾਹਰ ਮੁਖੀ ਹੈ, ਅਜੇ ਬਾਹਰ ਅਸੀਂ ਚੀਜ਼ਾਂ ਵੇਖ ਰਹੇ ਹਾਂ, ਵਿਚਾਰਾਂ ਕਰ ਰਹੇ ਹਾਂ, ਇਸ ਕਰਕੇ ਉਹ ਚੱਲੇਗਾ ਨਹੀਂ, ਅੰਦਰ ਵਾਲਾ ਬੰਦ ਪਿਆ ਹੈ, ਉਹਦੀ ਕੋਈ ਆਵਾਜ਼ ਨਹੀਂ, ਉਹਦੇ ਵਿੱਚੋਂ ਕੋਈ ਖਿਆਲ ਨਹੀਂ ਆ ਰਿਹਾ। ਉਹਦਾ ਸਲਫ ਹੈ, ਉਹਦੀ ਚਾਬੀ ਹੈ ਗੁਰੂ ਦਾ ਸ਼ਬਦ। ਗੁਰੂ ਕੇ ਸ਼ਬਦ ਨੂੰ ਜਪਦਿਆਂ ਹੀ, ਗੁਰੂ ਕੇ ਸ਼ਬਦ ਵਿੱਚ ਧਿਆਨ ਲਾਉਂਦਿਆਂ ਹੀ, ਜਿਉਂ ਹੀ ਸਾਡੀ ਸੁਰਤ ਅੰਦਰ ਵੱਲ ਆਉਂਦੀ, ਜਿਹੜੀ ਬਾਹਰ ਸੰਸਾਰ ਵਿੱਚ ਕੰਮਾਂ ਵਿੱਚ ਰਹਿੰਦੀ ਸਾਰਾ ਦਿਨ, ਜਦੋਂ ਪਿਛਾਂ ਨੂੰ ਮੁੜਦੀ ਹੈ ਤੇ ਉਸ ਮਨ ਨੂੰ ਜਿਹਨੂੰ ਅਚੇਤਨ ਕਹਿੰਦੇ ਉਹਨੂੰ ਇੱਕਦਮ ਸਲਫ ਮਿਲਦਾ, ਉਹ ਸਟਾਰਟ ਹੋ ਜਾਂਦਾ, ਚਾਲੂ ਹੋ ਜਾਂਦਾ, ਫਿਰ ਉਹਦੇ ਵਿੱਚੋਂ ਲਗਾਤਾਰ ਵਿਚਾਰਾਂ ਦੀ ਝੜੀ ਸ਼ੁਰੂ ਹੁੰਦੀ, ਉਹਦੇ ਵਿੱਚੋਂ ਲਗਾਤਾਰ ਖਿਆਲਾਂ ਦਾ ਮੀਂਹ ਪੈਂਦਾ ਹੈ, ਹਨੇਰੀ ਚੱਲਦੀ ਹੈ, ਇੱਟਾਂ ਖੜਕਦੀਆਂ ਹਨ, ਆਵਾਜ਼ਾਂ ਆਉਂਦੀਆਂ ਹਨ, ਬੇਤਰਤੀਬ ਖਿਆਲ ਉੱਠਦੇ ਹਨ, ਉਹਨਾਂ ਨੂੰ ਵੇਖ ਕੇ ਫਿਰ ਮਨੁੱਖ ਕਹਿੰਦਾ ਹੈ ਵੀ ਨਾਮ ਜਪਣ ਨਾਲ ਮੇਰਾ ਮਨ ਬਹੁਤ ਭੱਜਿਆ। ਬਾਣੀ ਪੜ੍ਹਨ ਦੇ ਵੇਲੇ ਵੈਸੇ ਤੇ ਕਹਿੰਦੇ ਮੇਰਾ ਮਨ ਠੀਕ ਰਹਿੰਦਾ, ਪਰ ਜਦੋਂ ਮੈਂ ਬਾਣੀ ਪੜ੍ਹਦਾ ਉਦੋਂ ਬੜਾ ਦੌੜਦਾ ਹੈ। ਉਹਨੂੰ ਪਤਾ ਹੀ ਨਹੀਂ ਅਜੇ ਤੂੰ ਬਿਮਾਰੀ ਨੂੰ ਹੱਥ ਹੀ ਨਹੀਂ ਸੀ ਲਾਇਆ, ਉਹਦੇ ਅੰਦਰ ਲੁਕੀ ਡੂੰਘੇ ਥਾਂ। ਉਹ ਅਚੇਤਨ ਮਨ ਫਿਰ ਕੀ ਹੁੰਦਾ, ਉਸ ਵੇਲੇ ਵਿੱਚੋਂ ਵਿਚਾਰ ਨਿਕਲਦੇ ਨੇ ਤੇ ਅਸੀਂ ਉਹਨਾਂ ਨੂੰ ਦੱਬਦੇ ਹਾਂ। ਸਭ ਤੋਂ ਵੱਡੀ ਗਲਤੀ ਜਦੋਂ ਬਾਣੀ ਪੜ੍ਹੀ ਜਾਏ ਜਾਂ ਸਿਮਰਨ ਕੀਤਾ ਜਾਏ, ਉਸ ਅਚੇਤਨ ਮਨ ਦੇ ਵਿੱਚੋਂ ਜਿਹੜੇ ਖਿਆਲ ਬੜੀ ਤੇਜ਼ੀ ਨਾਲ ਦੌੜਦੇ ਨੇ ਤੇ ਅਸੀਂ ਫਿਰ ਉਹਨੂੰ ਚੇਤਨ ਮਨ ਨਾਲ ਰੋਕਦੇ ਹਾਂ, ਉੱਥੇ ਕੱਖ ਵੀ ਨਹੀਂ ਬਣਦਾ, ਕਿਉਂਕਿ ਮਨ ਦੇ ਦੋਵੇਂ ਹਿੱਸੇ ਆਪਸ ਵਿੱਚ ਲੜੀ ਜਾਂਦੇ ਨੇ, ਅੱਧਾ ਉੱਧਰ। ਜਿਹੜਾ ਸੁਚੇਤ ਮਨ ਹੈ ਉਹਨੂੰ ਰੋਕਦਾ ਵੀ ਚੁੱਪ ਕਰ, ਖਿਆਲ ਨਹੀਂ ਆਉਣੇ ਚਾਹੀਦੇ, ਤੇ ਅਚੇਤਨ ਵਿੱਚੋਂ ਆਉਣੇ ਆਉਣੇ ਨੇ। ਉਹ ਆਪਸ ਵਿੱਚ ਖਹਿ ਖਹਿ ਕੇ ਇੱਕ ਗੁੰਝਲ ਬਣ ਜਾਂਦਾ, ਮਨ ਵਿੱਚ ਮਨ ਖਿੱਚ ਜਾਂਦਾ ਹੈ, ਮਨ ਵਿੱਚੋਂ ਤਾਪ ਨਿਕਲਦਾ ਹੈ। ਇਸ ਹਾਲਤ ਵਿੱਚ, ਇਸ ਰਾਹ ਤੇ ਤੁਰਨ ਵਾਲਾ ਮਨੁੱਖ ਇੱਕ ਬੇਰਸੀ ਦੀ ਦੁਨੀਆਂ ਵਿੱਚ ਚਲਾ ਜਾਂਦਾ, ਕਿਉਂਕਿ ਮਨ ਦਾ ਅੱਧਾ ਅੱਧਾ ਹਿੱਸਾ ਆਪਸ ਵਿੱਚ ਖਹਿ ਜਾਂਦਾ ਹੈ ਔਰ ਸਾਰਾ ਮਨ ਥੱਕੀ ਜਾਂਦਾ ਹੈ। ਜਿਵੇਂ ਇੱਕੋ ਹੀ ਵਿਅਕਤੀ ਆਪਣੇ ਦੋਵਾਂ ਹੱਥਾਂ ਨਾਲ ਇੱਕ ਦੂਜੇ ਹੱਥ ਨੂੰ ਫੜ ਕੇ ਦਬਾਏ ਤੇ ਜ਼ੋਰ ਕਿਹਦਾ ਲੱਗਣਾ, ਇੱਕੋ ਆਦਮੀ ਦਾ ਲੱਗਣਾ, ਹੱਥ ਦੋ ਨੇ ਆਦਮੀ ਤੇ ਇੱਕੋ ਹੀ ਹੈ ਨਾ। ਮਨ ਦਾ ਅੱਧਾ ਅੱਧਾ ਹਿੱਸਾ ਝਗੜਦਾ ਹੈ ਤੇ ਇਹਦੇ ਵਿੱਚ ਝਗੜਾ ਚੱਲਦਾ ਤੇ ਆਪਸ ਵਿੱਚ ਖਹਿ ਖਹਿ ਕੇ ਫਿਰ ਥੱਕ ਟੁੱਟ ਕੇ ਡਿੱਗ ਪੈਂਦਾ, ਇਹਦੇ ਵਿੱਚੋਂ ਕੁਝ ਨਹੀਂ ਨਿਕਲਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਕਹਿਤ ਕਬੀਰ ਪੰਚ ਕੋ ਝਗੜਾ। ਇਸ ਤਰ੍ਹਾਂ ਅੰਦਰ ਝਗੜਦੇ ਰਹਿੰਦਾ ਜੀਵਨ ਸਾਰਾ, ਝਗੜਤ ਜਨਮ ਗਵਾਇਆ। ਇਸ ਤਰ੍ਹਾਂ ਖਿਆਲਾਂ ਦੇ ਝਗੜੇ ਵਿੱਚ ਜੀਵਨ ਗੁਜ਼ਰ ਜਾਂਦਾ। ਤਾਂ ਇੱਥੇ ਸਤਿਗੁਰੂ ਨੇ ਫਿਰ ਸਾਨੂੰ ਜਾਚ ਜਿਹੜੀ ਦੱਸੀ ਉਹ ਇਹ ਸੀ ਕਿ ਤੂੰ ਮਨ ਨੂੰ ਰੋਕਣ ਦੀ ਬਜਾਏ ਨਾਮ ਨਾਲ ਜੁੜ,
ਬਸ ਤੇਰਾ ਇੱਕੋ ਹੀ ਕੰਮ, ਮਨ ਨੂੰ ਤੇ ਰੋਕਣਾ ਹੀ ਨਹੀਂ। ਤੂੰ ਮੈਨੂੰ ਰੋਕ ਕਿਵੇਂ ਲਏਗਾ, ਤੇਰੇ ਵਿੱਚ ਹੈ ਹੀ ਨਹੀਂ ਤਾਕਤ। ਤੇਰੇ ਵਿੱਚ ਸਮਰੱਥਾ ਹੁੰਦੀ ਫਿਰ ਗੁਰੂ ਕੋਲ ਆਉਣ ਦੀ ਲੋੜ ਕੀ ਸੀ। ਜੋ ਕਾਰਜ ਤੂੰ ਨਹੀਂ ਕਰ ਸਕਦਾ ਉਹਨੂੰ ਛੱਡ, ਤੇਰਾ ਕਾਰਜ ਹੈ ਨਾਮ ਜਪਣਾ ਤੇ ਉਹਦੇ ਵਿੱਚ ਧਿਆਨ ਲੱਗਣਾ। ਮਨ ਭੱਜਦਾ ਹੈ ਕਿ ਦੌੜਦਾ ਹੈ, ਕੀ ਸੋਚਦਾ ਇਹਨੂੰ ਇਸ ਤਰ੍ਹਾਂ ਸਮਝ ਜਿਵੇਂ ਸਕਰੀਨ ਤੇ ਫਿਲਮ ਚੱਲ ਰਹੀ, ਚੱਲਣ ਦੇ। ਜਿੰਨਾ ਤੂੰ ਇਸ ਤੋਂ ਵੱਖਰਾ ਹੋ ਜਾਏਗਾ ਉਨਾ ਜਲਦੀ ਇਹ ਖਿਆਲ ਬੰਦ ਹੋਣੇ ਸ਼ੁਰੂ ਹੋ ਜਾਣ। ਜਿੰਨਾ ਤੂੰ ਇਸ ਨੂੰ ਰੋਕਣ ਦਾ ਨਾ ਯਤਨ ਕਰੇਗਾ, ਇੱਕ ਸਾਈਡ ਤੇ ਹੋ ਕੇ ਵੇਖ ਹੀ ਜਾਏਗਾ, ਇਹਦੇ ਨਾਲ ਨਹੀਂ ਤੁਰੇਗਾ। ਜਿਹੜੇ ਖਿਆਲ ਆਉਣਗੇ ਆਈ ਜਾਣ ਜਾਈ ਜਾਣ, ਜਿਵੇਂ ਆਪਾਂ ਸੜਕ ਦੇ ਕਿਨਾਰੇ ਤੇ ਖਲੋ ਕੇ ਕਿੰਨੀਆਂ ਗੱਡੀਆਂ ਨੂੰ ਵੇਖਦੇ ਜਾਂਦੇ ਹਾਂ, ਦੌੜਦੀਆਂ ਨੇ ਭੱਜਦੀਆਂ ਨੇ, ਪਰ ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ, ਕੋਈ ਲੈਣਾ ਦੇਣਾ ਨਹੀਂ। ਪਰ ਜੇ ਅਸੀਂ ਵਿੱਚ ਸੜਕ ਦੇ ਖੜੇ ਹੋ ਕੇ ਕਿਹਾ ਨਾ ਰੋਕੋ, ਫਿਰ ਤੁਸੀਂ ਦੇਖ ਲਓ ਕੀ ਹਾਲਾਤ। ਉਹ ਨਹੀਂ ਰੁਕਣਗੇ, ਉਹ ਸਾਡੀਆਂ ਖਿਆਲ ਬਾਹਰੋਂ ਆਏ ਨੇ ਤੇ ਬਾਹਰ ਨੂੰ ਭੱਜਦੇ ਨੇ। ਇਹਨੂੰ ਮਨ ਦੀ ਨੀਂਦ ਕਹਿੰਦੇ ਨੇ ਤੇ ਗੁਰੂ ਕਾ ਸ਼ਬਦ ਮਨ ਦੀ ਨੀਂਦ ਨੂੰ ਤੋੜਦਾ ਹੈ।